Jithe Jaye Bahye Bhala Kahiye. Saach Padarth Gurmukh Lahau Prabh Ka Paana Sat Kar Saho जीवत 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 रहो राम रसायन नित उठ पीवहो हर 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 रसना कहो कल युग में एक नाम उदार नानक बोले ब्रह्म विचार कल युग में एक नाम उधार नानक बोले ब्रह्म विचार धन श्री गुरु अर्जन देव सतगुरु सच्चे पातशाह निरंकार स्वरूप पिता जी जीवन जीवन की जाच दर्शाउंदिआं जीवन विच विचरण की गल करदे आ प्राणी मात्र नूं सारी मनुखता नूं गुर शब्द राही पवित्र बाणी राही कलयुग दियां ठगियां ठगौरियां तों आजादी किवें प्राप्त होवे बंधना विच जकड़िया होया जीव इन्हां संगलां तों किवें आजाद होवे जो कलयुग दियां बेड़ियां इस जीवन विच मनुख नूं पै गईयां प्राणी किवें बंधन मुक्त होवे मेरे गुरदेव पिता जी इत्थे एक बेनती करदे आं जदों असी गुरदेव पिता जी दा जिक्र करदे आं कोई गल सांझी करदे आं इतिहासक पक्खों गुरबाणी पक्खों गुरमत दी विचार पक्खों सहज सुभाए रसना विच्चों एक लफज निकलदा है मेरे बाबा जी मेरे गुरदेव पिता जी मेरे रब जी मेरे वाहिगुरु जी ये प्यार है अंदरों हिरदे दियां गहराइयां विच्चों ए आवाज निकलती है साडा सब का एक यतन होवे जदों परिपूर्ण परमात्मा जी की गल करिए गुरु साहबां का जिक्र करिए अंदरों आवाज आवे मेरे बाबा जी मेरे पिता जी साडा बापू समर्थ है सतगुरां ने भी सानू इस तरह की पुकार करन दी जाच सिखलाई है तू मेरा पिता तू है मेरा माता तू मेरा बंधप तू मेरा भ्राता तू मेरा राखा सबनी थाई तां पाओ केहा काड़ा जीव पढ़दे आ ना जां तू मेरे वल है तां क्या मोह छंदा तुद सब किछ मैनो सौंपिया जां तेरा बंदा यतन करिए बोलां दे विच वी प्रभु दे प्रति अपनत दी भावना पैदा होवे मेरा अपना है असी उनू अपना कहिए
ਤੇ ਯਤਨ ਕਰੀਏ ਉਸ ਦੇ ਬਣ ਜਾਈਏ, ਮਾਣ ਕਰੀਏ ਆਪਣੇ ਪਿਤਾ ਦੇ ਉੱਪਰ। ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਰੂਲ ਤੇ ਤੁਮ ਬਖਸ਼ਣ ਹਾਰੇ। ਤੁਸੀਂ ਮੇਰੇ ਹੋ ਪਿਤਾ ਜੀ, ਇੱਕ ਕਿਰਪਾ ਕਰਿਓ, ਇੱਕ ਦਿਨ ਆਪਣਾ ਬਣਾ ਲਿਓ। ਸੋ ਦਾਸ ਬੇਨਤੀ ਕਰ ਰਿਹਾ ਸੀ, ਮੇਰੇ ਪ੍ਰੀਤਮ ਪਿਆਰੇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸੋਹਣੇ 27ਵੇਂ ਬਚਨ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ, ਸਾਨੂੰ ਗੁਰਮਤਿ ਦਾ ਮਾਰਗ ਦ੍ਰਿੜ ਕਰਾਉਂਦੇ ਨੇ, ਸਿੱਖੀ ਵਾਲਾ ਜੀਵਨ ਜਿਉਣ ਦੀ ਜਾਚ ਸਿਖਲਾਉਂਦੇ ਨੇ ਤੇ ਬਚਨ ਕਰਦੇ ਨੇ ਸੁਤੰਤਰ ਵਿਚਰਨਾ। ਸੁਣਨ ਦੇ ਵਿੱਚ ਇਹ ਲਫ਼ਜ਼ ਬੜੇ ਸੁਖਾਲੇ ਜਾਪਦੇ ਨੇ, ਪਰ ਜੀਵਨ ਜਿਉਣ ਦੇ ਵਿੱਚ ਮਨੁੱਖ ਨੂੰ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਸੁਤੰਤਰ ਹੋਣ ਦੇ ਵਿੱਚ। ਸਤਿਗੁਰੂ ਨੇ ਸਾਨੂੰ ਕਿਹੜੀ ਡੂੰਘਾਈ ਸਮਝਾਉਣੀ ਕੀਤੀ, ਜੀਵਨ ਦੇ ਕਿਹੜੇ ਰੂਪ ਵੱਲ ਇਸ਼ਾਰਾ ਕੀਤਾ ਇਹ ਬਚਨ ਕਰਕੇ ਸੁਤੰਤਰ ਵਿਚਰਨਾ। ਸੋ ਅੱਜ ਪੰਜਵੇਂ ਪਾਤਸ਼ਾਹ ਦੇ ਇਸ ਸੋਹਣੇ ਬਖਸ਼ੇ ਹੋਏ ਸ਼ਬਦ ਵਿੱਚੋਂ ਆਧਾਰ ਬਣਾ ਕੇ ਅੱਜ ਦੀ ਵਿਚਾਰ ਨੂੰ ਗੁਰੂ ਸਾਹਿਬ ਆਪ ਅੱਗੇ ਤੋਰਨ। ਜੀਵਨ ਵਿੱਚ ਜਿਹਦੇ ਪੱਲੇ ਸੱਚ ਦੀ ਦਾਤ ਨਾ ਹੋਵੇ, ਝੂਠ ਦਾ ਜੀਵਨ ਜਿਉਣ ਵਾਲੇ ਪਖੰਡ ਤੇ ਫਰੇਬ ਦੀ ਦੁਨੀਆ ਵਿੱਚ ਖਚਤ ਹੋਏ ਮਨੁੱਖ ਕਦੇ ਸੁਤੰਤਰ ਜੀਵਨ ਦਾ ਆਨੰਦ ਨਹੀਂ ਮਾਣ ਸਕਦੇ। ਸੁਤੰਤਰਤਾ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਸਰੀਰਕ ਸੁਤੰਤਰ ਹੋਣਾ ਤੇ ਦੂਜਾ ਆਤਮਕ ਪੱਧਰ ਤੇ ਸੁਤੰਤਰ ਹੋਣਾ। ਜੇ ਜੀਵ ਸਰੀਰਕ ਪੱਧਰ ਤੇ ਆਪਣੇ ਆਪ ਨੂੰ ਸੁਤੰਤਰ ਸਮਝਦਾ ਪਰ ਆਤਮਕ ਤੌਰ ਤੇ ਅਜੇ ਗੁਲਾਮ ਹੈ, ਉਹ ਜੀਵਨ ਵਿੱਚ ਕਦੇ ਆਜ਼ਾਦੀ ਦਾ ਆਨੰਦ ਸੁਤੰਤਰਤਾ ਦਾ ਆਨੰਦ ਨਹੀਂ ਮਾਣ ਸਕਦਾ। ਗੁਰੂ ਦੀ ਬਾਣੀ ਸਾਨੂੰ ਬਾਰ ਬਾਰ ਇਹੀ ਦਰਸਾਉਂਦੀ ਹੈ ਜੀਵਨ ਮੁਕਤ ਕਿਵੇਂ ਹੋਣਾ। ਇਸ ਜੀਵਨ ਵਿੱਚ ਆਜ਼ਾਦੀ ਕਿਵੇਂ ਪ੍ਰਾਪਤ ਹੋਵੇ, ਸਤਿਗੁਰਾਂ ਦੀ ਬਖਸ਼ੀ ਹੋਈ ਮਿੱਠੜੀ ਬਾਣੀ ਹਰ ਕਦਮ ਤੇ ਜੀਵ ਨੂੰ ਸੁਤੰਤਰ ਹੋਣ ਦੀ ਗੱਲ ਦਰਸਾਉਂਦੀ, ਹਰ ਥਾਂ ਤੇ ਹਰ ਕਦਮ ਤੇ ਜੀਵ ਨੂੰ ਬੰਧਨ ਮੁਕਤ ਹੋਣ ਦਾ ਸੁਨੇਹਾ ਬਖਸ਼ਿਆ ਜਾਂਦਾ। ਪੰਜਵੇਂ ਪਾਤਸ਼ਾਹ ਇਹਨਾਂ ਬਚਨਾਂ ਦੇ ਵਿੱਚ ਸਾਰੀ ਕਾਇਨਾਤ ਨੂੰ ਉਪਦੇਸ਼ ਬਖਸ਼ ਰਹੇ ਨੇ, ਜੇ ਸੁਤੰਤਰ ਹੋਣਾ ਹੈ, ਜੇ ਆਜ਼ਾਦ ਹੋਣ ਦਾ ਚਾਅ ਜੀਵਨ ਵਿੱਚ ਪ੍ਰਗਟ ਹੋ ਗਿਆ ਤੇ ਮੂਲ ਨੂੰ ਫੜ ਲਈਏ। ਮੂਲ ਕੀ ਹੈ? ਪ੍ਰਭੂ ਦਾ ਸਿਮਰਨ, ਆਪਣੇ ਇਸ਼ਟ ਦੀ ਆਰਾਧਨਾ, ਸਾਚ ਪਦਾਰਥ ਗੁਰਮੁਖ ਲਹੋ, ਪ੍ਰਭ ਕਾ ਭਾਣਾ ਸਤ ਕਰ ਸਹੋ, ਮੇਰੇ ਪੰਜਵੇਂ ਪਾਤਸ਼ਾਹ ਦੇ ਬਚਨ।
ਸੱਚ ਧਨ, ਸੱਚਾ ਪਦਾਰਥ, ਸਭ ਤੋਂ ਉੱਤਮ ਦਾਤ ਉਹ ਕੀ ਹੈ? ਹਰੀ ਦਾ ਸਿਮਰਨ, ਪ੍ਰਭੂ ਦਾ ਨਾਮ ਸਿਮਰਨਾ, ਵਾਹਿਗੁਰੂ ਦੀ ਆਰਾਧਨਾ ਕਰਨਾ। ਵਾਹਿਗੁਰੂ ਗੁਰਮੰਤਰ ਹੈ। ਜਿਸ ਦਿਹਾੜੇ ਪ੍ਰਭੂ ਦੇ ਸਿਮਰਨ ਵਿੱਚ ਲਿਵ ਲੱਗ ਗਈ, ਅੰਦਰ ਦੇ ਵਿਕਾਰ ਖਤਮ ਹੋਣੇ ਆਰੰਭ ਹੋਣ ਜਾਣਗੇ, ਸਮਾਪਤ ਹੋ ਜਾਣਗੇ, ਇੱਕ ਦਿਨ ਬੰਧਨ ਕੱਟੇ ਜਾਣਗੇ। ਬਾਹਰਲੀ ਆਜ਼ਾਦੀ ਨੂੰ, ਸਰੀਰਕ ਆਜ਼ਾਦੀ ਨੂੰ ਪੂਰਨ ਆਜ਼ਾਦੀ ਸਮਝਣਾ ਸਭ ਤੋਂ ਵੱਡੀ ਭੁੱਲ ਹੈ। 1947 ਦੇ ਵਿੱਚ ਸਾਡਾ ਮੁਲਕ ਆਜ਼ਾਦ ਹੋਇਆ। ਸਾਡੇ ਬਜ਼ੁਰਗਾਂ ਨੇ ਸਾਰੇ ਹਿੰਦੁਸਤਾਨ ਦੇ ਵਾਸੀਆਂ ਨੇ, ਸਾਰੇ ਧਰਮਾਂ ਨੇ ਇਕੱਤਰ ਹੋ ਕੇ ਗੁਲਾਮੀ ਦੇ ਵਿਰੁੱਧ, ਅੰਗਰੇਜ਼ਾਂ ਦੇ ਖਿਲਾਫ ਇੱਕ ਜੰਗ ਲੜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਸ ਜੰਗ ਦੇ ਵਿੱਚ ਸਭ ਤੋਂ ਵੱਧ ਸ਼ਹੀਦੀਆਂ ਸਿੱਖਾਂ ਨੇ ਪਾਈਆਂ। 1947 ਦੇ ਵਿੱਚ ਹਿੰਦੁਸਤਾਨ ਆਜ਼ਾਦ ਹੋ ਗਿਆ। ਅੱਜ ਹਰ ਵਰੇ 15 ਅਗਸਤ ਦੇ ਦਿਹਾੜੇ ਕੇਵਲ ਇੱਕ ਦਿਨ ਤਿਰੰਗੇ ਚੁੱਕ ਲੈਣੇ, ਸਵਤੰਤਰ ਹੋਣ ਦੀਆਂ ਗੱਲਾਂ ਕਰਨੀਆਂ, ਆਜ਼ਾਦੀ ਦੀਆਂ ਗੱਲਾਂ ਕਰਦੀਆਂ, ਚੰਗੀਆਂ ਤਾਂ ਬਹੁਤ ਲੱਗਦੀਆਂ ਨੇ, ਪਰ ਇੱਕ ਵਿਚਾਰ ਨੂੰ ਗਹਿਰਾਈ ਦੇ ਪੱਖੋਂ ਸੋਚੀਏ, ਕਿਤੇ ਜੀਵਨ ਵਿੱਚ ਇੱਕ ਦਿਹਾੜੇ ਆਜ਼ਾਦੀ ਦੀ ਗੱਲ ਕੀਤਿਆਂ ਸਾਨੂੰ ਆਜ਼ਾਦੀ ਮਿਲ ਗਈ? ਜੋ ਜੀਵ ਕੇਵਲ ਇੱਕ ਦਿਹਾੜੇ ਆਜ਼ਾਦੀ ਦੀਆਂ ਗੱਲਾਂ ਕਰਦੇ ਨੇ, ਸਵਤੰਤਰ ਹੋਣ ਦੀਆਂ ਬਾਤਾਂ ਪਾਉਂਦੇ ਨੇ, ਸਾਲ ਦੇ 364 ਦਿਹਾੜੇ ਗਰੀਬੀ ਕਰਕੇ ਹੋਰ ਜੀਵਨ ਵਿੱਚ ਕਈ ਪ੍ਰਕਾਰ ਦੀਆਂ ਊਣਤਾਈਆਂ ਕਰਕੇ ਪ੍ਰਾਣੀ ਬਹੁਤ ਦੁਖੀ ਹੈ। ਕਈ ਵੇਰਾਂ ਤਾਂ ਐਸੀਆਂ ਖਬਰਾਂ ਸੁਣ ਕੇ ਬਹੁਤ ਅਫਸੋਸ ਹੁੰਦਾ ਹੈ, ਜਦੋਂ ਕੋਈ ਪ੍ਰਾਣੀ ਗਰੀਬੀ ਤੋਂ ਦੁਖੀ ਹੋ ਕੇ ਜਾਂ ਕਿਸੇ ਹੋਰ ਕਾਰਨ ਕਰਕੇ ਆਤਮ ਹੱਤਿਆ ਕਰ ਲੈਂਦਾ ਹੈ। ਇੱਕ ਦਿਹਾੜੇ ਆਜ਼ਾਦੀ ਦੀਆਂ ਗੱਲਾਂ ਕਰਨ ਵਾਲੇ ਹੋ, ਸਾਲ ਦੇ 364 ਦਿਨ ਆਪਣੇ ਆਪ ਨੂੰ ਗੁਲਾਮ ਸਮਝਣ ਵਾਲੇ ਹੋ, ਕੇਵਲ ਇੱਕ ਦਿਨ ਆਜ਼ਾਦੀ ਮਾਣਨ ਵਾਲੇ ਹੋ, ਆਪਣੇ ਜੀਵਨ ਵਿੱਚ ਝਾਤ ਮਾਰ ਕੇ ਵੇਖੋ ਕਿ ਸੱਚਮੁੱਚ ਅਸੀਂ ਆਜ਼ਾਦ ਹਾਂ। ਸਾਰੀ ਮਾਨਵਤਾ ਨੂੰ ਲੋੜ ਹੈ ਆਜ਼ਾਦ ਹੋਣ ਦੀ। ਸਾਰੀ ਮਾਨਵਤਾ ਕਲਯੁੱਗ ਦੀਆਂ ਠੱਗੀਆਂ ਠਗੌਰੀਆਂ ਦੇ ਵਿੱਚ ਖਚਿਤ ਹੋਇਆ, ਅੱਜ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਬੇੜੀਆਂ ਵਿੱਚ ਜਕੜੀ ਹੋਈ ਮਾਨਵਤਾ, ਹਰ ਵੇਲੇ ਆਜ਼ਾਦੀ ਲਈ ਤਰਲੋ ਮੱਛੀ ਹੋਣ ਵਾਲੀ ਮਾਨਵਤਾ, ਕੇਵਲ ਇੱਕ ਦਿਨ ਦੀ ਆਜ਼ਾਦੀ ਕੀ ਸੱਚਮੁੱਚ ਅਸੀਂ ਆਜ਼ਾਦ ਹਾਂ? ਨਹੀਂ।
दास केवल एक कौम दी गल नहीं करदा, सारियां कौमां सारी मनुखता अपने अंदर झात मार के वेखे केड़ी आजादी दी गल करदे हैं। कोई शक नहीं, सारे हिंदुस्तानियां ने रल के एक हल्ला मारिया ते अंग्रेज इस मुल्क विचों भज गए। असी उसनू आजादी तो समझ लिया, पर जात पात दियां बेड़ियां तो अजे तक असी आजाद ना हो सके। भाई भतीजावाद तो अजे तक हिंदुस्तान नू आजाद ना करा सके। जात पात दी राजनीति साडे मुलक दे विच हर थां ते पैर पसार चुकी है। घट गिणतियां नाल कई प्रकार दे धक्के कीते जा रहे ने, जिन्हां सिखां ने इस हिंदुस्तान दी आजादी दे कारण लगभग 87% शहीदियां दे के इस मुलक नूं आजाद कराया। उस कौम दे नाल कदम कदम ते धक्का कीता जा रहा है, उस बहादुर कौम नूं अणगोलियां कीता जा रहा है। समें दियां सरकारां वल्लों जान बुझ के कौम दे नाल तरोक माउंदियां जवानी नूं नशे विच गलतान कीता जा रहा है। डेरावाद दे भयानक नाग ने कौम दे कई अनभोल परिवारां नूं अपनी जकड़ विच लै लिया। असी किहड़ी आजादी की गल पे करदे हां? जे किते गौ नाल विचारीए, गुरबाणी दे चानण हेठ कितां इस आजादी की गल करिए, ध्यान नाल वेखिए ते की हिंदुस्तान दा भविख आजाद है। जदों तक सारी मानवता दा सत्कार करन दी जाच नहीं आउणी, जदों तक सारे धर्मां दा सत्कार नहीं होना, जात दी राजनीति जदों तक मुलक ते हावी रहेगी, असी आजाद नहीं हो सकते। ए तां गुलामी वल दोबारा असी अपने कदम पुट लए ने। भावें अंग्रेजां तों सानू आजादी मिल गई, पर अज साडे मुलक दे अंदर कई प्रकार दे जहरीले नाग जो मुलक दी आजादी लई हवा बन चुके ने, जदों तक असी उन्हां तों मुक्त नहीं होना तां तक असी किवें आजाद कवाईए। दास केवल सिख कौम दी गल नहीं कर रहा, इस हिंदुस्तान विच वसण वाले सारे धर्म सारे जी सारियां कौमां जदों तक परिपूर्ण परमात्मा दे दर्शाए हुए मार्ग ते तुरदियां अंदर दी आजादी नूं नहीं प्राप्त कर सकदियां तां तक असी गुलाम हाँ। जदों तक साडा मन गुरु दे हुकम विच नहीं, असल विच ये साडे कंट्रोल विच भी नहीं, असी अपने पापी मन दे कंट्रोल विच हो गए हाँ। साडे शरीर दा साडी सोच दा रिमोट कंट्रोल साडे मन दे पास है। जिवें
ਇਹ ਪਾਪੀ ਮਨ ਆਖਦਾ ਹੈ ਉਸੇ ਤਰ੍ਹਾਂ ਇਹ ਸਰੀਰ ਕਰਮ ਕਰਦਾ ਹੈ। ਇੱਕ ਜੁਆਰੀ ਜੂਏ ਖਾਨੇ ਦੇ ਵਿੱਚ ਭੈੜੀ ਸੰਗਤ ਵਿੱਚ ਤਾਂ ਹੀ ਜਾਂਦਾ ਹੈ ਜਦੋਂ ਉਸਦਾ ਮਨ ਅੰਦਰੋਂ ਪੁਕਾਰ ਕਰਦਾ ਹੈ। ਇੱਕ ਸ਼ਰਾਬੀ ਨਸ਼ੇ ਦੀ ਦੁਕਾਨ 'ਤੇ ਤਾਂ ਹੀ ਜਾਂਦਾ ਹੈ ਜਦੋਂ ਉਹਦਾ ਪਾਪੀ ਮਨ, ਨਸ਼ੇ ਵਿੱਚ ਗ੍ਰਸਤ ਹੋਇਆ ਮਨ ਅੰਦਰੋਂ ਸ਼ਰਾਬ ਦੀ ਪੁਕਾਰ ਕਰਦਾ ਹੈ। ਅਸੀਂ ਜਦੋਂ ਤੱਕ ਅੰਦਰੋਂ ਆਜ਼ਾਦ ਨਹੀਂ ਹੁੰਦੇ ਤਾਂ ਤੱਕ ਸਰੀਰਕ ਆਜ਼ਾਦੀ ਬਹੁਤ ਸਮਾਂ ਕਾਇਮ ਨਹੀਂ ਰਹਿ ਸਕਦੀ। ਪ੍ਰਭੂ ਦੇ ਸਿਮਰਨ ਨੇ ਸਾਨੂੰ ਅੰਦਰ ਦੀ ਆਜ਼ਾਦੀ ਬਖਸ਼ਣੀ। ਮੇਰੇ ਸਤਿਗੁਰ ਦੀਨ ਦਿਆਲ ਸੱਚੇ ਪਾਤਸ਼ਾਹ ਇਹੀ ਤਾਂ ਗੱਲ ਸਮਝਾਉਣਾ ਕਰਦੇ ਨੇ ਨਾ, ਜੀਵਤ 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 ਰਹੋ ਰਾਮ ਰਸਾਇਣ ਨਿਤ ਉੱਠ ਪੀਵੋ। ਜੇ ਸਦਾ ਜੀਵਣਾ ਚਾਹੁੰਦੇ ਹੋ, ਸਦਾ ਆਜ਼ਾਦੀ ਦਾ ਰੰਗ ਮਾਣਨਾ ਚਾਹੁੰਦੇ ਹੋ, ਜੇ ਗੁਲਾਮੀ ਤੋਂ ਬਚਣਾ ਚਾਹੁੰਦੇ ਹੋ, ਭੈੜੇ ਕਰਮਾਂ ਦੀਆਂ ਸੰਗਲਾਂ ਤੋਂ ਬਚਣਾ ਚਾਹੁੰਦੇ ਹੋ, ਜੇ ਤੁਸੀਂ ਨਹੀਂ ਚਾਹੁੰਦੇ ਸਾਡੇ ਪੈਰਾਂ ਦੇ ਵਿੱਚ ਭੈੜੇ ਕਰਮਾਂ ਦੀਆਂ ਬੇੜੀਆਂ ਪੈਣ, ਤੇ ਫਿਰ ਕੀ ਕਰੋ, ਰਾਮ ਰਸਾਇਣ ਨਿਤ ਉੱਠ ਪੀਵੋ, ਉਸ ਪ੍ਰਭੂ ਦਾ ਸਿਮਰਨ ਨਿਤਾ ਪ੍ਰੀਤੀ ਕਰਿਆ ਕਰੀਏ, ਉਸ ਪ੍ਰਭੂ ਨੂੰ ਸਦਾ ਸਦਾ ਯਾਦ ਕਰੀਏ ਜਿਹਨੇ ਸਾਡੇ ਜੀਵਨ ਵਿੱਚੋਂ ਜ਼ੁਲਮ ਦੀਆਂ ਬੇੜੀਆਂ ਕੱਟਣੀਆਂ ਨੇ, ਜਿਸ ਪ੍ਰਭੂ ਨੇ ਸਾਡੇ ਜੀਵਨ ਵਿੱਚ ਨਿਤ ਦਾ ਖੇੜਾ ਬਖਸ਼ਣਾ। ਆਮ ਤੌਰ 'ਤੇ ਸਾਡੇ ਅੰਗਰੇਜ਼ ਭਰਾ ਰੋਜ਼ ਸਵੇਰੇ ਉੱਠ ਕੇ ਇੱਕ ਦੂਜੇ ਨੂੰ ਆਖਦੇ ਨੇ ਗੁੱਡ ਮੋਰਨਿੰਗ, ਜਿਵੇਂ ਗੁਰੂ ਕਾ ਸਿੱਖ ਫਤਿਹ ਬੁਲਾਉਂਦਾ ਹੈ। ਸਾਡੇ ਹਿੰਦੂ ਭਰਾ ਪ੍ਰਣਾਮ ਕਰਦੇ ਨੇ, ਮੁਸਲਮਾਨ ਭਰਾ ਸਲਾਮ ਵਾਲੇਕੁਮ ਕਰਦੇ ਨੇ। ਭਾਵੇਂ ਅੱਜ ਅਸੀਂ ਆਪਣਾ ਕਲਚਰ ਭੁੱਲ ਕੇ ਗੁਰੂ ਦੇ ਸਿੱਖ ਅਖਵਾਉਣ ਵਾਲੇ ਵੀ ਗੁੱਡ ਮੋਰਨਿੰਗ ਕਰਨ ਲੱਗ ਪਏ ਹਾਂ, ਪਰ ਇਹਦੇ ਵਿੱਚ ਇੱਕ ਬਹੁਤ ਵੱਡਾ ਭੇਤ ਵੀ ਹੈ। ਮੋਰਨਿੰਗ ਲਫ਼ਜ਼ ਨੂੰ ਜਦੋਂ ਸੰਧੀ ਵਿਛੇਦ ਕਰੀਏ, ਇਹ ਕੀ ਅੱਖਰ ਬਣਦਾ ਹੈ, ਕੀ ਲਫ਼ਜ਼ ਬਣਦਾ ਹੈ, ਮੋਰ ਇਨਿੰਗ। ਅੱਜ ਪ੍ਰਭੂ ਨੇ ਸਾਨੂੰ ਇੱਕ ਹੋਰ ਦਿਨ ਬਖਸ਼ਿਆ ਜੀਵਨ ਜਿਉਣ ਦੇ ਲਈ, ਇੱਕ ਹੋਰ ਇਨਿੰਗ ਦਿੱਤੀ ਹੈ ਜੀਵਨ ਰੂਪੀ ਖੇਡ ਖੇਡਣ ਦੇ ਲਈ, ਇੱਕ ਹੋਰ ਮੌਕਾ ਬਖਸ਼ਿਆ। ਪਰ ਗੁਰੂ ਸਵਾਰਿਓ, ਜੇ ਅਸੀਂ ਨਿਤ ਦੀ ਤਰ੍ਹਾਂ, ਪਿਛਲੇ ਦਿਨਾਂ ਦੀ ਤਰ੍ਹਾਂ ਕੇਵਲ ਇਹ ਸਮਾਂ ਸੌਂ ਕੇ ਲੰਘਾ ਲਿਆ, ਖੁਆਰੀਆਂ ਵਿੱਚ ਖਚਤ ਹੋਇਆਂ ਲੰਘਾ ਲਿਆ, ਪ੍ਰਭੂ ਦੇ ਸਿਮਰਨ ਦਾ ਚਾਅ ਜੀਵਨ ਵਿੱਚ ਪ੍ਰਗਟ ਨਾ ਹੋਇਆ, ਤੇ ਸੱਚ ਜਾਣਨਾ ਬੀਤੇ ਸਮਿਆਂ ਦੀ ਤਰ੍ਹਾਂ ਅੱਜ ਦਾ ਦਿਨ ਵੀ ਗੁਲਾਮੀ ਵਿੱਚ ਨਿਕਲ ਜਾਣਾ, ਕੱਲ ਕਲੇਸ਼ ਦੇ ਵਿੱਚ ਹੀ ਲੰਘ ਜਾਣਾ ਹੈ। ਆਜ਼ਾਦ ਹੋਣ ਦਾ ਤੇ ਅਜੇ ਸੁਪਨਾ ਹੀ ਨਹੀਂ ਵੇਖਿਆ, ਆਖਰ ਕਦੋਂ ਤੱਕ ਐਸਾ ਜੀਵਨ ਜੀਵਾਂਗੇ, ਆਖਰ ਕਿੰਨੇ ਕੁ ਜਨਮ ਗੁਲਾਮੀ ਵਿੱਚ ਜੰਮਾਂਗੇ ਤੇ ਗੁਲਾਮੀ 'ਚ ਹੀ ਮਰ ਜਾਵਾਂਗੇ। 83,99,999 ਜੂਨਾਂ ਜੋ ਭੁਗਤ ਕੇ, ਜੋ ਜੀਵਨ ਜੀ ਕੇ ਇੱਥੇ ਤੱਕ ਪਹੁੰਚੇ ਹਾਂ, ਸੱਚ ਜਾਣਿਓ ਉਹ ਸਾਰੀਆਂ ਜੂਨਾਂ ਗੁਲਾਮੀ ਵਿੱਚ ਹੀ ਕੱਟੀਆਂ ਨੇ। ਹੁਣ ਤਾਂ ਸਾਨੂੰ ਸੁਤੰਤਰ ਹੋਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਹੁਣ ਤਾਂ ਆਜ਼ਾਦੀ ਦਾ ਨਿੱਘ ਮਾਣਨ ਦਾ ਮੌਕਾ ਮਿਲਿਆ, ਪਰ ਅਜੇ ਵੀ ਅਸੀਂ ਕੇਵਲ ਖਾ ਕੇ
ਸੌਂ ਕੇ ਹੱਸ ਕੇ ਜਾਂ ਰੋ ਕੇ ਸਮਾਂ ਗਵਾ ਲਿਆ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਸੱਚ ਜਾਣਿਓ ਇਹ ਜੀਵਨ ਇੱਕ ਪਸ਼ੂ ਦੇ ਜੀਵਨ ਦੀ ਨਿਆਈ ਹੈ। ਪਸ਼ੂ ਵੀ ਤਾਂ ਕੇਵਲ ਖਾਂਦਾ ਪੀਂਦਾ ਅਤੇ ਸੌਂਦਾ। ਜੇ ਅਸੀਂ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਆਜ਼ਾਦ ਹੋਣ ਦਾ ਯਤਨ ਨਹੀਂ ਕੀਤਾ, ਤਾਂ ਕਿਵੇਂ ਸੁਤੰਤਰ ਹੋਵਾਂਗੇ? ਕਿਵੇਂ ਇਹ ਜਮਾਂ ਦੀ ਬੇੜੀ ਕੱਟੀ ਜਾਏਗੀ? ਕਿਵੇਂ ਮੌਤ ਦਾ ਭੈ ਮੁੱਕੇਗਾ ਅਤੇ ਕਿਸ ਪ੍ਰਕਾਰ ਜੀਵਨ ਮੁਕਤ ਹੋਵੇਗਾ? ਮੁਕਤੀ ਦਾ ਮਾਰਗ ਹੈ ਪ੍ਰਭੂ ਦਾ ਸਿਮਰਨ। ਮੁਕਤੀ ਪ੍ਰਾਪਤ ਕਰਨ ਦੀ ਖਾਤਰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ। ਯਤਨ ਕਰੀਏ ਜੀਵਨ ਮੁਕਤ ਹੋਵੇ, ਯਤਨ ਕਰੀਏ ਜਨਮਾਂ ਜਨਮਾਂ ਦੀਆਂ ਬੇੜੀਆਂ ਕੱਟੀਆਂ ਜਾਣ। ਜੇ ਕਿਤੇ ਇਹ ਕਿਰਪਾ ਵਰਤ ਜਾਵੇ ਦੀਨ ਕੇ ਦਿਆਲ ਦਾਤਾ ਜੀ ਦੀ ਦਇਆ ਦ੍ਰਿਸ਼ਟੀ ਸਦਕਾ ਸਾਨੂੰ ਜੀਵਨ ਜਿਉਣ ਦੀ ਜਾਚ ਪ੍ਰਾਪਤ ਹੋ ਜਾਵੇ, ਮਨੁੱਖ ਪ੍ਰਭੂ ਸਿਮਰਨ ਦੇ ਵਿੱਚੋਂ ਜੀਵਨ ਜੁਗਤ ਲੱਭ ਲਵੇ, ਜਿਸ ਜੀਵਨ ਜੁਗਤ ਸਦਕਾ ਅਸੀਂ ਸਦਾ ਸਦਾ ਲਈ ਆਜ਼ਾਦ ਹੋ ਸਕੀਏ, ਸੁਤੰਤਰ ਹੋਣ ਦਾ ਆਨੰਦ ਮਾਣ ਸਕੀਏ। ਜਿੱਥੇ ਜਾਏ ਬਹਿਏ ਭਲਾ ਕਹੀਏ।